ਪੰਜਾਬ ਦੇ ਵਿੱਚ ਇੱਕ ਵਾਰ ਫਿਰ ਡੇਂਗੀ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਹਸਪੀਟਲ ਦੇ ਵਿੱਚ ਕਈ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ। ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਇਸ ਪੂਰੇ ਮਹੀਨੇ ਦੀ, ਤਾਂ 100 ਤੋਂ ਵੀ ਕਰੀਬ ਜ਼ਿਆਦਾ ਜਿਹੜੇ ਕੇਸਿਸ ਆ ਚੁੱਕੇ ਨੇ। ਹਾਲਾਂਕਿ ਪੂਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਕੀਤੇ ਗਏ ਨੇ। ਜਿੱਥੇ ਜਿੱਥੇ ਵੀ ਇਹ ਸਾਰੇ ਸਿਮਟਮਸ ਆ ਰਹੇ, ਉੱਥੇ ਜਾ ਕੇ ਟੀਮਾਂ ਜਿਹੜੀ ਹੈ ਉਹ ਚੈਕਿੰਗ ਕਰਦੀ ਵੀ ਨਜ਼ਰ ਆ ਰਹੀ ਹੈ। ਨੋਟਿਸ ਵੀ ਲੋਕਾਂ ਨੂੰ ਦਿੱਤੇ ਗਏ ਨੇ, ਕਿਉਂਕਿ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦੀ ਚੀਜ਼ਾਂ ਜਿਹੜੇ ਡੇਂਗੀ ਦਾ ਲਗਾਤਾਰ ਕਹਿਰ ਦੇਖਣ ਨੂੰ ਮਿਲ ਰਿਹਾ, ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਹੈ, ਕਿਉਂਕਿ ਹਸਪੀਟਲ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ। ਹਾਈ ਫੀਵਰ, ਹੋਰ ਵੀ ਜਿਹੜੀ ਵੋਮਿਟਿੰਗ ਜਾਂ ਜਿਹੜੇ ਵੀ ਸਿਮਟਮ ਜਿਹੜੇ ਆ ਰਹੇ ਨੇ, ਇੱਕ ਕਹਿ ਸਕਦੇ ਹਾਂ ਕਿ ਜੇਕਰ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਜ਼ਿਆਦਾ ਵੀ ਨੁਕਸਾਨਦੇਹ ਹੋ ਸਕਦਾ। ਸੀਨੀਅਰ ਡਾਕਟਰ ਵੀ ਸਾਡੇ ਨਾਲ ਨੇ, ਡਾਕਟਰ ਪੁਨੀਤ। ਪੁਨੀਤ ਸਰ, ਕਿਉਂਕਿ ਕਈ ਚੀਜ਼ਾਂ ਨੂੰ ਦੇਖਿਆ ਕਿ ਅਸੀਂ ਪਿਛਲੇ ਦਿਨਾਂ ਇਸ ਮਹੀਨੇ ਦੀ ਅਸੀਂ ਗੱਲ ਕਰ ਲਈਏ, ਕਾਫੀ ਜਿਹੜੀ ਸੰਖਿਆ ਹੈ ਡੇਂਗੀ ਦੀ ਉਹ ਵਧੀ ਹੈ, ਕਾਰਨ ਕੀ? ਦੇਖੋ, ਫੀਵਰ ਦੇ ਇਹ ਜਿਹੜਾ ਆਪਾਂ ਕਹਿੰਦੇ ਹਾਂ ਪੀਰੀਅਡ ਹੀ ਸੀਜ਼ਨ ਹੀ ਹੁੰਦਾ ਜਿਹਦੇ ਡੇਂਗੀ ਦੇ ਕੇਸਿਸ ਆਉਂਦੇ ਨੇ। ਲਾਰਵਾ ਵਾਸਤੇ ਇੱਕ ਫੇਵਰੇਬਲ ਐਟਮੋਸਫੇਅਰ ਮਿਲ ਜਾਂਦਾ, ਥੋੜ੍ਹਾ ਹਰ ਵਾਰੀ ਲੋਕਾਂ ਨੂੰ ਜਾਣੂ ਕੀਤਾ ਜਾਂਦਾ ਵੀ ਤੁਸੀਂ ਧਿਆਨ ਰੱਖੋ ਵੀ ਆਪਦੇ ਘਰ 'ਚ ਖੜਾ ਪਾਣੀ ਨਾ ਆਉਣ ਦਿਓ, ਪਰ ਉਹ ਕਈ ਵਾਰੀ ਫਿਰ ਆਪਾਂ ਕਿੱਥੇ ਨਾ ਕਿੱਥੇ ਆਪਾਂ ਲਾਪਰਵਾਹੀ ਕਰ ਜਾਂਦੇ ਹਾਂ, ਜਿਹਦੇ ਕਾਰਨ ਲਾਰਵਾ ਦੀ ਗਰੋਥ ਹੁੰਦੀ ਹੈ ਅਤੇ ਫਿਰ ਇੱਕ ਚੇਨ ਬਣ ਜਾਂਦੀ, ਪਹਿਲੇ ਇੱਕ ਨੂੰ ਬਾਈਟ ਕਰਦਾ, ਫਿਰ ਉਹੀ ਫੈਬਰਾਈਲ ਪੀਰੀਅਡ 'ਚ ਜਦੋਂ ਮੋਸਕੀਟੋ ਉਹਨੂੰ ਬਾਈਟ ਕਰੇਗਾ ਤਾਂ ਉਹਦਾ ਵਾਇਰਸ ਦੂਜੇ 'ਚ ਦੇਗਾ ਤਾਂ ਸਪਰੈਡ ਕਰ ਜਾਂਦਾ। ਅਤੇ ਸਰ, ਹੁਣ ਜਿਹੜੇ ਕੇਸਿਸ ਆ ਰਹੇ, ਕੋਈ ਏਜ ਫੈਕਟਰ ਵੀ ਆ ਰਿਹਾ ਜਾਂ ਕੋਈ ਇਮਿਊਨਿਟੀ ਸਿਸਟਮ ਦਾ ਵੀ ਹੁੰਦਾ ਕੁਛ, ਕਿ ਛੋਟੇ ਬੱਚੇ ਜਾਂ ਵੱਡੇ ਬੱਚੇ ਜਾਂ? ਦੇਖੋ, ਏਜ ਫੈਕਟਰ ਡੈਫੀਨੇਟਲੀ ਹੁੰਦਾ, ਕਿਉਂਕਿ ਏਜ ਕਹਿੰਦੇ ਆਪਾਂ ਜਾਂ ਕੋਈ ਡਾਇਬਟਿਕ ਪੇਸ਼ੈਂਟ ਹੈ, ਹਾਰਟ ਪੇਸ਼ੈਂਟ ਹੈ ਜਾਂ ਕੋਈ ਕਿਡਨੀ ਟ੍ਰਾਂਸਪਲਾਂਟ ਪੇਸ਼ੈਂਟ ਹੈ, ਅਸਥਮਾ ਪੇਸ਼ੈਂਟ ਹੈ, ਇਹਨਾਂ ਨੂੰ ਹੋਣ ਦੇ ਚਾਂਸਿਸ ਹੁੰਦੇ ਨੇ। ਲੇਕਿਨ ਐਸਾ ਚੱਲੇ ਮਤਲਬ ਇਹ ਨਹੀਂ, ਜਿਹੜੇ ਪੇਸ਼ੈਂਟਸ ਆ ਰਹੇ ਨੇ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਇਮਿਊਨੋ ਕੰਪਰੋਮਾਈਜ਼ ਹੀ ਜ਼ਿਆਦਾ ਆਏ ਨੇ, ਹਾਲੇ ਤੱਕ ਇੱਕ ਓਵਰਆਲ ਹੀ ਚੱਲ ਰਿਹਾ ਹੈਗਾ। ਸਰ, ਸਿਮਟਮਸ ਕੀ ਹੁੰਦੇ ਨੇ ਜਾਂ ਫਿਰ ਲੋਕਾਂ ਨੂੰ, ਕਿਉਂਕਿ ਲੋਕੀ ਕੀ ਕਰਦੇ ਕਿ ਬਾਹਰ ਤੋਂ ਦਵਾਈ ਲੈ ਲੈਂਦੇ, ਉਸ ਕਰਕੇ ਹੋਰ ਨੁਕਸਾਨ ਹੁੰਦਾ? ਦੇਖੋ, ਸਿਮਟਮ ਸਭ ਤੋਂ ਪਹਿਲੇ ਫੀਵਰ ਹੈ, ਆਪਾਂ ਕਹਿੰਦੇ ਡੇਂਗੂ ਇੱਕ ਬੰਦੇ ਨੂੰ ਤੋੜ ਦਿੰਦਾ, ਬੈਕਬੋਨ ਡਿਜ਼ੀਜ਼ ਵੀ ਕਹਿ ਦਿੰਦੇ ਹਾਂ, ਅੱਖਾਂ ਦੇ ਅਰਾਊਂਡ ਪੇਨ ਹੋਣੀ ਸ਼ੁਰੂ ਹੋ ਜਾਂਦੀ, ਕਮਰ ਦਰਦ, ਰੀੜ ਦੀ ਅੱਡੀ ਦਰਦ, ਫੀਵਰ ਹਾਈ ਗ੍ਰੇਡ ਹੁੰਦਾ ਹੈਗਾ, ਅਤੇ ਪੈਰਾਸੀਟਾਮੋਲ ਨਾਲ ਵੀ ਕਈ ਵਾਰੀ ਨਹੀਂ ਟੁੱਟਦਾ, ਆਪਾਂ ਨੂੰ ਪੈਰਾਸੀਟਾਮੋਲ ਦਾ ਇੰਜੈਕਸ਼ਨ ਵੀ ਲਗਵਾਉਣਾ ਪੈਂਦਾ ਹੈ ਆਈ ਵੀ, ਅਤੇ ਫੀਵਰ ਹੋ ਜਾਂਦਾ, ਰੈਸ਼ ਬਣਨੇ ਸ਼ੁਰੂ ਹੋ ਜਾਂਦੇ, ਜੇ ਆਪਾਂ ਨੂੰ ਟਾਈਮਲੀ ਨਹੀਂ ਮੈਨੇਜ ਕਰਾਂਗੇ ਤਾਂ ਸਰੀਰ 'ਤੇ ਲਾਲ ਰੰਗ ਦੇ ਸਪੋਟਸ ਬਣਨੇ ਸ਼ੁਰੂ ਹੋ ਜਾਂਦੇ ਆ, ਫਿਰ ਕੀ ਹੁੰਦਾ ਇਹਦੀ ਕੰਪਲੀਕੇਸ਼ਨ ਕਹਿੰਦੀ, ਕਈ ਵਾਰੀ ਆਪਣੇ ਪੇਟ ਅਤੇ ਫੇਫੜੇ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਜਿਹਦੇ ਕਾਰਨ ਆਪਾਂ ਨੂੰ ਕੀ ਹੁੰਦਾ, ਪੇਸ਼ੈਂਟ ਕਹਿੰਦਾ ਮੈਨੂੰ ਵਾਰੀ ਵਾਰੀ ਬੱਤ ਆਈ ਜਾ ਰਹੀ, ਉਲਟੀ ਆਈ ਜਾ ਰਹੀ, ਜਦੋਂ ਮੈਂ ਖਾਣਾ ਥੋੜ੍ਹਾ ਖਾਣ ਤੋਂ ਬਾਅਦ ਮੇਰਾ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ, ਇਹ ਡੇਂਗੀ 'ਚ ਹੁੰਦਾ ਤਾਂ ਕਿਸੇ 'ਚ ਵੀ ਹੈ, ਲੇਕਿਨ ਡੇਂਗੀ 'ਚ ਕੀ ਹੁੰਦਾ ਜਿਹੜਾ ਗਾਲ ਮਟਰ ਪਿੱਤਾ ਹੁੰਦੇ ਉਹਦੇ ਸੋਜੀ ਸ਼ੁਰੂ ਹੋ ਜਾਂਦੀ ਹੈ, ਪੇਟ 'ਚ ਪਾਣੀ ਸ਼ੁਰੂ ਹੋ ਜਾਂਦਾ, ਫੇਫੜੇ 'ਚ ਪਾਣੀ ਸ਼ੁਰੂ ਹੋ ਜਾਂਦਾ, ਤਾਂ ਕਰਕੇ ਡੇਂਗੀ ਨੂੰ ਅਰਲੀ ਸਟੇਜ 'ਤੇ ਟ੍ਰੀਟਮੈਂਟ ਕਰਨਾ ਅਤੇ ਪ੍ਰੋਪਰ ਕਿਵੇਂ ਫਲੂਇਡ ਕਿੰਨਾ ਦੇਣਾ ਉਹ ਮੈਨੇਜ ਕਰਨਾ ਇੱਕ ਹੋਸਪਿਟਲ ਦਾ, ਇਹ ਬਹੁਤ ਜ਼ਰੂਰੀ ਹੈ। ਸਰ, ਹੁਣ ਤੱਕ ਦੀ ਅਸੀਂ ਗੱਲ ਕਰ ਲਈ ਆਪਣੇ ਹੋਸਪਿਟਲ 'ਚ ਕਿੰਨੇ ਜਿਹੜੇ ਕੇਸਿਸ ਹੈ ਲਗਾਤਾਰ? ਸਾਡੇ ਕੋਲ ਅਪਰੋਕਸੀਮੇਟਲੀ 40-45 ਦੇ ਪੇਸ਼ੈਂਟ ਐਡਮਿਟਿਡ ਨੇ ਫੀਵਰ ਦੇ, ਜਿਨ੍ਹਾਂ 'ਚੋਂ ਹਲੇ ਹੋ ਸਕਦਾ 2-4 ਪੋਜ਼ਿਟਿਵ ਰਿਪੋਰਟ ਆਈ ਹੈ ਅਤੇ ਹਲੇ ਰਿਪੋਰਟ ਕਈਆਂ ਦੀ ਵੇਟਿਡ ਹੈ, ਪਰ ਐਸ ਸੱਚ ਮਤਲਬ ਇੰਨਾ ਕੋਈ ਸਾਡੇ ਕੋਲ ਇੰਨਾ ਜ਼ਿਆਦਾ ਨਹੀਂ ਹੋਇਆ ਵੀ ਸਾਨੂੰ ਮੈਨੇਜੇਬਲ ਨਾ ਹੋਵੇ, ਮੈਨੇਜਮੈਂਟ ਤਾਂ ਪੂਰਾ ਕੀਤਾ ਹੋਇਆ, ਅਰੇਂਜਮੈਂਟ ਵਗੈਰਾ? ਦੇਖੋ, ਹਾਂ ਪੂਰਾ, ਕਿਉਂਕਿ ਡੇਂਗੀ ਦੀ ਮੈਨੇਜਮੈਂਟ ਟਾਈਮਲੀ ਹੈ, ਬਸ ਅਸੀਂ ਇਹੀ ਲੋਕਾਂ ਨੂੰ ਗਾਈਡ ਕਰਾਂਗੇ ਤੁਹਾਡੇ ਚੈਨਲ ਦੇ ਥਰੂ ਵੀ ਟਾਈਮ ਨਾਲ ਆਪਦਾ ਆ ਕੇ ਹਸਪਤਾਲ ਇਲਾਜ ਕਰਾਓ। ਇੱਕ CBC ਦਾ ਟੈਸਟ ਹੈ ਜੀ, ਦੇਖੋ ਸਿੰਪਲ ਜਿਹਾ, ਜਿਹਦੇ 'ਚ ਆਪਾਂ ਨੂੰ ਸਿਰਫ ਪਲੇਟਲੈਟਸ ਪਤਾ ਲੱਗ ਜਾਂਦੇ ਆ ਅਤੇ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਪੇਸ਼ੈਂਟ ਪਲੇਟਲੈਟਸ ਠੀਕ ਹੈ, ਹਸਪਤਾਲ 'ਚ ਫ੍ਰੀ ਫ੍ਰੀ ਹੈ, 24 ਆਵਰਸ ਫ੍ਰੀ ਹੈ ਸਰ, 24 ਘੰਟੇ ਜਦੋਂ ਵੀ ਪੇਸ਼ੈਂਟ ਆਉਂਦਾ। ਈਵਨ ਜਿਹੜਾ ਪੇਸ਼ੈਂਟ ਸਾਨੂੰ ਲੱਗ ਰਿਹਾ ਵੀ ਜਿਹਦੇ ਪਲੇਟਲੈਟਸ ਘੱਟ ਹੋਣਗੇ, ਅਸੀਂ ਉਹਦਾ CBC ਪ੍ਰਾਇਰਟੀ 'ਤੇ ਕਹਿ ਕੇ ਕਈ ਵਾਰੀ 15 ਮਿੰਟਸ ਅੱਧੇ ਘੰਟੇ 'ਚ ਉਹਦੀ ਰਿਪੋਰਟ ਅਰੇਂਜ ਕਰਵਾ ਦਿੰਦੇ ਹਾਂ ਲੈਬ ਤੋਂ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਪਲੇਟਲੈਟਸ ਕੀ ਟ੍ਰੈਂਡ ਹੈ। ਫਿਰ ਅਸੀਂ ਜਿਹੜੇ ਪੇਸ਼ੈਂਟ ਇਹ 'ਚ ਹੁੰਦੇ ਨੇ, ਅਸੀਂ ਉਹਨਾਂ ਦਾ 12 ਆਰ ਜਿਹਦੀ ਲੋੜ ਹੈ 6 ਆਰ ਲਈ ਵੀ CBC ਰਿਪੀਟ ਕਰਦੇ ਰਹਿੰਦੇ ਹਾਂ ਟ੍ਰੈਂਡ ਦੇਖਣ ਵਾਸਤੇ। ਸਰ, ਜਿਹੜੇ ਵਾਰਡਸ ਵਗੈਰਾ ਨੇ ਉਹਨਾਂ ਦੇ ਪੂਰੇ ਅਰੇਂਜਮੈਂਟਸ ਕੀਤੇ ਹੋਏ ਨੇ ਹੈਲਥ ਡਿਪਾਰਟਮੈਂਟ ਵੱਲੋਂ ਅਲੱਗ ਤੋਂ ਵਾਰਡਸ ਵਗੈਰਾ? ਹਾਂਜੀ ਹਾਂਜੀ, ਪ੍ਰੋਪਰ ਵਾਰਡ ਨੇ, ਮੈਡੀਸਨ ਵਾਰਡ ਸਾਡਾ 3rd ਫਲੋਰ ਤੇ, ਉੱਥੇ ਪ੍ਰੋਪਰ ਫੀਵਰ ਦੇ ਪੇਸ਼ੈਂਟਸ ਐਡਮਿਟ ਨੇ। ਹੁਣ ਜਿਸ ਹਿਸਾਬ ਨਾਲ ਥੋੜਾ ਕੇਸ ਇਨਕਰੀਜ਼ ਹੋ ਰਿਹਾ ਤਾਂ ਅਸੀਂ ਸੋਚ ਰਹੇ ਵੀ ਹੋਰ ਵੀ ਇੱਕ ਹਾਲ ਅਲੱਗ ਖੋਲਿਆ ਜਾਵੇ। ਠੀਕ ਹੈ, ਹਾਂਜੀ ਸਰ। ਤੇ ਬਿਲਕੁਲ ਜਿੱਦਾਂ ਸਾਹਮਣੇ ਕਿਹਾ ਕਿ ਲਗਾਤਾਰ ਜਿਹੜੇ ਕੇਸਿਸ ਵੱਧ ਰਹੇ ਨੇ, ਉਹਦੇ ਕਰਕੇ ਹੋਰ ਵੀ ਜਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਹੈਲਥ ਡਿਪਾਰਟਮੈਂਟ ਵੱਲੋਂ, ਹਸਪੀਟਲਸ ਵੱਲੋਂ ਕਈ ਚੀਜ਼ਾਂ ਨੂੰ ਲੈ ਕੇ ਅਰੇਂਜਮੈਂਟਸ ਕੀਤੇ ਗਏ ਨੇ। ਜਿਹੜੇ ਪੇਸ਼ੈਂਟਸ ਨੇ ਜ਼ਿਆਦਾਤਰ ਡੇਂਗੀ ਦੇ ਆ ਰਹੇ ਨੇ, ਹਾਲਾਂਕਿ ਜ਼ਰੂਰ ਲੋਕਾਂ ਨੂੰ ਵੀ ਬੜਾ ਧਿਆਨ ਰੱਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਚੀਜ਼ਾਂ ਅਸੀਂ ਧਿਆਨ ਰੱਖਣਾ, ਆਸ ਪਾਸ ਜਿਹੜੀ ਸਫਾਈ ਰੱਖਣੀ ਹੈ ਬਹੁਤ ਜ਼ਰੂਰੀ ਹੈ।
ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ।